ਭੈਣੇ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ। ਹੁਣ ਦੱਸਾਂਗੇ ਲੋਕਾਂ ਨੂੰ ਵੀ ਸਰਪੰਚ ਕੀ ਹੁੰਦਾ। ਉੱਤੇ ਜੱਟ ਜਦੋਂ ਸਰਪੰਚ ਲਿਖਾਊਗਾ, ਮਾਵੀ ਪੋਸਟਰ ਦਾ ਲਾਦਾ ਅਖਬਾਰ ਪੜ੍ਹਦੇ ਹਾਂ ਕੀ ਕਹਿੰਦੇ ਆ ਗੁਰਾਂ ਦੀ ਬਾਣੀ। ਜਲੰਧਰ ਦੇ ਥਾਣੇ 'ਚ 4 ਬੰਬ ਧਮਾਕੇ, ਕਾਦੀਆਂ ਦੀ ਰੇਲੀ 'ਤੇ ਰੋਕ, ਹਾਈ ਕੋਰਟ 'ਚ ਸੁਣਵਾਈ ਅੱਜ। ਆਹ ਕੀ ਰੈਫਰ ਵਾਲਿਆਂ ਨੇ ਯੂਟਿਊਬ 'ਤੇ ਪਾਇਆ ਗਾ, ਸੁਣਿਆ ਇੱਕ ਵੀਡੀਓ ਇੱਕ ਹੋਰ ਆ ਰਹੀ ਹੈ। ਲੈ ਭਾਈ ਦਾ ਤੜਕੇ ਨਿਖਰਿਆ ਬੈਠਾ ਅੱਜ। ਨਿਖਰਨਾ ਨਹੀਂ ਸਰਪੰਚ ਆ, ਅਕਸਰ ਨੂੰ ਪਿੰਡ ਦਾ ਨਾਲੇ ਉਹ ਪੋਸਟਰ ਲਾ ਲਿਆ ਬਾਹਰ ਹੈ ਸਰਪੰਚੀ ਦਾ, ਫੇਰ ਹੀ ਪਤਾ ਲੱਗੂ। ਨਹੀਂ ਹੁਣ ਤੈਨੂੰ ਕੌਣ ਪਤਾ ਲੱਗੂ ਵੀ ਕਿਹਦਾ ਘਰ ਹੈ। ਉਹ ਬਾਈ ਯਾਰ ਕਾਹਦਾ ਸਰਪੰਚ ਬਣਿਆ ਯਾਰ ਤੂੰ, ਜਿਉਂ ਦਾ ਸਰਪੰਚ ਬਣਿਆ ਗਾ ਉਹ ਪਿੰਡ ਦਾ ਖੜਕੇ ਦੜਕੀ ਹੋਣ ਵੜ ਗਏ। ਹੁਣ ਮੈਂ ਕਿਹਦੇ ਡਾਕ ਮਾਰਿਆ ਵਾਂ, ਆਹ ਰੌਲਾ ਰੂਲਾ ਹੁਣ ਪੈਣੀ ਛੱਡ ਕੇ ਜਾਵਾਂ ਵੀ। ਓਏ ਆਉਣਗੇ, ਆਪ ਨੂੰ ਫੜਾਉਣੇ ਪੈਂਦੇ, ਆਪ ਨੂੰ ਛਡਾਉਣੇ ਪੈਂਦੇ ਆ। ਚੱਲ ਕੋਈ ਨੀ, ਦੇਖ ਲਾਂਗੇ ਤੇਰੀ ਸਰਪੰਚੀ ਵੀ। ਕੋਈ ਨੀ ਚੱਲ, ਚੰਗਾ ਬਾਈ ਚੱਲਦਾ ਮੈਂ। ਤੂੰ ਕਿੱਧਰ ਨੂੰ ਚੱਕ ਲਿਆ ਹੁਣ ਮੋਟਰਸਾਈਕਲ? ਮੈਂ ਵੀ ਆਪਦਾ ਚਾਹ ਪੂਰਾ ਕਰਨਾ, ਮੈਂ ਤਾਂ ਆਪ ਸਰਪੰਚ ਲਿਖਾ ਕੇ ਲਿਆ ਇੱਥੇ। ਸਰਪੰਚ ਸਾਹਿਬ, ਹਾਲੇ 2 ਦਿਨ ਹੋਏ ਸਰਪੰਚ ਵੀ, ਇਹਨੂੰ ਸਾਹਿਬ ਲਿਖਾ ਵੀ ਲਿਆ। ਆ ਜਾਓ ਮਿਲਦੇ ਆ ਸਰਪੰਚ ਨੂੰ। ਆ ਜਾਓ ਪੱਕੋ, ਆਜੋ ਉਹ ਵੱਡੇ ਸਰਪੰਚ। ਸਰਪੰਚ ਸਾਹਿਬ ਰਾਮ ਰਾਮ ਜੀ। ਰਾਮ ਰਾਮ ਕਣ ਜੀ, ਆਓ ਕਿਵੇਂ ਆ ਰੂਏ ਹੋਏ? ਆਪਣੇ ਮਈਆ ਦਾ ਜਾਗਰਣ ਹੈ ਜੀ। ਅੱਛਾ ਜੀ, ਅਤੇ ਜਾਗਰਣ 'ਤੇ ਹੁਣ ਸੇਵਾ ਪਾਣੀ ਕਰੋ ਜੀ ਅਸੀਂ। ਕਿੰਨੀ ਤਰੀਕ ਦਾ ਜੀ? ਆਪਣੇ ਆਹ ਮੁਰਲੀ 23 ਤਰੀਕ ਦਾ ਹੁੰਦਾ ਜੀ। 23 ਤਰੀਕ ਦਾ? ਹਾਂਜੀ ਹਾਂਜੀ। ਹੋਰ ਚਾਹ ਪਾਣੀ ਪੀਓਗੇ? ਨਾ ਨਾ ਬਸ ਸਰਪੰਚ ਸਾਹਿਬ ਧੰਨਵਾਦ, ਮਿਹਰਬਾਨੀ ਹੈ ਜੀ। ਆ ਲਓ ਜੀ। ਓਹ ਇੰਨੇ ਸਰਪੰਚ ਦੇ ਪਿੱਛੇ ਉਹਨੂੰ ਤੁਹਾਡੇ ਸਾਹਿਬ ਲੱਗ ਗਏ ਜੀ, ਆਹ ਤੁਸੀਂ ਆ 100 ਰੁਪਏ। ਸਾਹਿਬ ਲੱਗ ਗਿਆ ਹੁਣ, ਹਾਲੇ ਤਾਂ ਆਉਣ ਵੀ ਨਹੀਂ ਲੱਗੇ ਪੈਸੇ। ਨਾ ਨਾ ਸਰਪੰਚ ਸਾਹਿਬ, ਗ੍ਰਾਂਟ ਵੀ ਨਹੀਂ ਆਉਣ ਲੱਗੀ। ਨਹੀਂ ਨਹੀਂ ਸਰਪੰਚ ਸਾਹਿਬ, ਹਾਲੇ ਤਾਂ ਲੱਗ ਗਿਆ 2.5 ਲੱਖ ਪਹਿਲਾਂ। ਜ਼ਿਆਦਾ ਕਰੋ ਸਰਪੰਚ ਸਾਹਿਬ, ਜ਼ਿਆਦਾ ਕਰੋ ਫਿਰ ਸੇਵਾ ਪਾਣੀ, ਮਾਤਾ ਜਾਗਰਣ ਆ, ਮਾਤਾ ਤੁਹਾਨੂੰ ਬਹੁਤ ਪੀਏ ਦੇਊਗੀ। ਚੋਰ ਦੇਣ ਚ ਲੁਕੋਏ ਹੋਏ ਸੀ ਭਰਾਵਾ, ਲੈ ਲੈ ਇਹ ਵੀ। ਓਹੋ ਸਰਪੰਚ, ਐਂ ਗੱਲਾਂ ਸੁਣ ਸੋਭਣ ਜਾਂਦੀਆਂ, ਇਹਦੇ ਗਰੀਬ ਬੰਦੇ ਦੇ ਕੰਮ ਹੁੰਦੇ ਚੋਰ ਜੇਬ ਵਾਲੇ ਤਾਂ। ਉਹ ਹਾਲੇ ਤਾਂ ਲੱਗੋ ਕੀ ਰੱਖਣੇ ਪੈਣਗੇ, ਬਥੇਰੀਆਂ ਜਨਾਤਾਂ ਦਾ ਦਲਾਗਦੀਆਂ ਨੇ ਇੱਥੇ। ਕੋਈ ਨਹੀਂ ਕੋਈ ਸਰਪੰਚ ਸਾਹਿਬ, ਮਈਆ ਬਹੁਤ ਪੀਏ ਦੇਊ ਤੁਹਾਨੂੰ। ਆ ਲੈ ਭਗਤਾ ਪਾਏ ਨੂੰ ਦਿਓ ਚਾਹ ਪਾਣੀ ਤਾਂ ਪੀ ਲੈਂਦੇ ਘੁੱਟ ਘੁੱਟ। ਨਹੀਂ ਨਹੀਂ ਸਰਪੰਚ ਸਾਹਿਬ, ਅਤੇ ਆਇਓ ਸਰਪੰਚ ਸਾਹਿਬ, ਤੁਹਾਨੂੰ ਸਨਮਾਨਿਤ ਵੀ ਕਰਾਂਗੇ ਉੱਥੇ, ਠੀਕ ਹੈ ਜੀ? ਹਾਂਜੀ ਹਾਂਜੀ ਸਰਪੰਚ ਸਾਹਿਬ, ਉੱਥੇ ਆਇਓ ਜੀ, ਪਹੁੰਚੋ। ਚਲੋ ਭਗਤ, ਬਹੁਤ ਵਧੀਆ ਕੰਮ ਆ ਤੁਹਾਡਾ। ਇਹ 600 ਰੁਪਿਆ ਲੈ ਗਏ। ਲੋ ਹੋਰ ਘੱਟ ਦੇ ਨਹੀਂ ਸਰਿਆ। 600 ਰੁਪਿਆ ਕਿੱਡਾ ਕਹਿੰਦਾ ਸਰਪੰਚ ਸਾਹਿਬ ਆ ਹੁਣ ਮੈਂ? ਬਸ ਉਹੀ ਕੰਮ ਕਰਦਾ ਮੈਂ, ਲੋਕਾਂ ਨੂੰ ਸੁਣਦਾ ਹੀ ਸੀ, ਤੂੰ ਆ ਕੱਢੇ ਕਮਾਈ ਕਰਦਾ ਤੂੰ। ਉਹ ਕੁਛ ਨਹੀਂ ਨਿਕਲਦਾ, ਦੇਣੀ ਪੈਂਦੇ ਹੁੰਦੇ ਆ, ਹੁਣ ਇੱਜ਼ਤ ਫੇਰ ਹੀ ਹੋਊਗੀ। ਇੱਜ਼ਤ ਨਾਲ ਭਾਈ ਕੋਲ ਆਉਂਦਾ ਹੁੰਦਾ ਇਕੱਲੀ ਨਾਲ, ਹੁਣ ਇਕੱਲੀ ਇੱਜ਼ਤ ਹੀ ਪੱਲੇ ਆ, ਪੈਸਾ ਤਾਂ ਉਹਨਾਂ ਕੋਲ ਵੀ ਬਥੇਰਾ ਗਾ ਬਾਈ। ਘਰ ਲਟਾ ਰਿਹਾ ਆਖਰੀ ਜਿਹਾ ਸਾਰਾ ਆਪਣਾ। ਉਹ ਕੁਛ ਨਹੀਂ ਹੁੰਦਾ, ਕਰਨਾ ਹੀ ਪਊਗਾ। ਦੇਖ ਲਾਂਗੇ ਤੇਰੀ ਸਰਪੰਚੀ। ਕੋਈ ਨਹੀਂ ਕੋਈ ਨਹੀਂ। ਤੇ ਬੋਲ ਤੇ ਸੇ ਬਲੀਏ ਤੋ ਕਦੀ ਨਾ ਸਾਬ
ਤੜਕੀ ਉਹਨੂੰ ਚੁੰਬੜ ਜਾਂਦਾ ਰੇਗ ਮਾਰ ਲੈਂਦਾ ਰੰਗ ਲਾਉਣਾ ਇਹਦਾ ਬਸ ਤਾਂ ਪਹਿਲਾਂ ਯਾਰ ਤੜਕੇ ਇੱਥੇ ਨਿਖਰ ਕੇ ਬਹਿ ਜਾਣਾ ਕੁਛ ਚੀਜ਼ ਤੇ ਬਸ ਘਰ ਦੇ 100 ਕੰਮ ਕਰਨੇ ਆ ਪੈਟਰੋਲ 95 ਰੁਪਏ ਹੋ ਗਿਆ ਓਏ 5 ਰੁਪਏ ਰਹਿ ਗਏ 100 ਹੋਣ ਚ ਸਰਪੰਚ ਬਣਿਆ ਤੂੰ ਨੀ ਖੜਾਇਆ ਇਹਨੂੰ ਸਰਪੰਚ ਮੈਂ ਬਣਿਆ ਸਾਰਾ ਪਿੰਡ ਤੂੰ ਸਿਰ ਤੇ ਚੱਕੀ ਫਿਰਦਾ ਉਹ ਭਾਈ ਵੀ ਸਰਪੰਚ ਦਾ ਮੈਂ ਹੀ ਆ ਫਿਰ ਦੱਸ ਐ ਤਾਂ ਚੱਕ ਲਾ ਮੈਨੂੰ ਵੀ ਹੁੰਦਾ ਕੰਮ ਮਲੰਗ ਕਰ ਦੇਗਾ ਜਿਹੜੇ ਹਿਸਾਬ ਨਾਲ ਤੇਰੇ ਲੱਸਣ ਆ ਜਵਾਕਾਂ ਦਾ ਜੀ ਆਲਾ 100 ਰੁਪਏ ਪਿੱਛੇ ਕਹਿੰਦਾ ਟੂਰਨਾਮੈਂਟ ਕਰਾ ਰਹੇ ਜੀ ਪਿੰਡ ਵਿਚ ਟੂਰਨਾਮੈਂਟ ਜੀ ਆਪਣਾ ਹੋਰ ਆਪਣੇ ਲਈ ਕੋਈ ਸੇਵਾ ਹੋਏ ਤਾਂ ਦੱਸੋ ਸੇਵਾ ਕਰੋ ਜੀ ਬਸ ਸੇਵਾ ਵਾਸਤੇ ਆਏ ਆ ਜੀ ਸੇਵਾ ਵਾਸਤੇ ਆਏ ਹਾਂਜੀ ਹਾਂਜੀ ਸੋ ਤਾਂ ਨਾ ਦੇ ਚਾਹ ਪਾਣੀ ਪੀਓਗੇ ਬੰਦੇ ਨੂੰ ਬਸ ਚਾਹ ਪਾਣੀ ਦੀ ਕੋਈ ਗੱਲ ਨਹੀਂ ਉਹ ਛੋਟੇ ਜਾ ਉਹਦੀ ਭਰਜਾਈ ਨੂੰ ਚਾਹ ਪਾਣੀ ਨੂੰ ਕਹਿ ਲਿਆਉਣਾ ਬਾਈ ਬਾਅਦ ਤੋਂ ਬਾਅਦ ਕਰਿਓ ਜੀ ਆਪਾਂ ਅੱਗੇ ਭੱਜਿਆ ਤੁਹਾਡੇ ਤੋਂ ਸਹੀ ਗੱਲ ਸਹੀ ਆ ਲਓ ਨਹੀਂ ਜੀ ਨਹੀਂ ਸਰਪੰਚ ਸਾਹਿਬ ਹੁਣ ਤਾਂ ਤੁਹਾਡੇ ਕੋਲ ਸਾਫ਼ ਲੱਗਦੇ ਜੀ ਜੱਗਾ ਸਾਹਿਬ 1100 ਹੀ ਹੈ ਜੀ ਤਾਂ ਹਾਂ ਐ ਨਹੀਂ ਬਹੁਤ ਆ ਨਹੀਂ 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 ਕੱਲ ਮੈਂ ਤਾਂ ਆਮ ਹੀ ਦੇ ਜਾਂਦੇ ਨੇ ਕਰਕੇ ਵਾਲੇ ਲੈ ਜਾਂ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਤਾਂ ਆਪਣੇ ਟੂਰਨਾਮੈਂਟ ਪਿੰਡ ਦਾ ਵੱਡਾ ਬਜਟ ਬਹੁਤ ਵੱਡਾ ਹੋ ਜਾਂਦਾ ਜੀ ਟੂਰਨਾਮੈਂਟ ਤੇ ਦੇ ਦਾਂਗੇ ਨਹੀਂ ਨਹੀਂ ਤੁਸੀਂ ਸਰਪੰਚ ਸਾਹਿਬ ਇਸ ਤਰ੍ਹਾਂ ਕਰੋ ਭੁੱਲਰ ਸਾਹਿਬ ਦੀ ਨਾ ਮੋੜੋ ਤੁਸੀਂ ਨਹੀਂ ਮੋੜਦੇ ਹਾਂ ਚਲੋ ਠੀਕ ਹੈ ਧੰਨਵਾਦ ਸਰਪੰਚ ਸਾਹਿਬ ਧੰਨਵਾਦ ਲਹੂ ਪੀਤਾ ਪਿਆ ਯਾਰ ਅੱਛਾ ਜੀ ਇਹ ਵੀ ਮੇਰੇ ਵਰਗੇ ਬੰਦੇ ਦੀ ਜਿਹੜਾ ਆਣ ਜਾਣ ਉਹਦੇ ਬਸ ਦੀ ਗੱਲ ਨਹੀਂ ਕੋਈ ਆਉਂਦੀ ਨੀ ਉੱਤੋਂ ਘਰ ਦੇ ਬੇਇੱਜ਼ਤੀ ਕਰਦੇ ਆ ਘਰ ਪ੍ਰਧਾਨ ਆਇਆ ਕਮੇਟੀ ਦਾ ਟੂਰਨਾਮੈਂਟ ਦਾ ਘਰ ਵਾਲੀ ਕਹਿੰਦੀ ਮੈਂ ਚਾਹ ਨੀ ਬਣਾਉਂਦੀ ਉਹਦੇ ਨਾਲ ਲੜਕੇ ਆਉਣੇ ਫਿਰ ਤਾਂ ਔਖੀ ਹੋ ਜੀ ਪੂਰੇ ਔਖੇ ਬਸ ਪੁੱਛੀ ਮਸਾਂ ਨਿਬੇੜਾਂਗੇ ਹੁਣ ਤਾਂ ਜੀ ਪਰ ਗੱਲ ਪਿਆ ਢੋਲ ਵਜਾਉਣੀ ਪਊ ਵਜਾਉਣਾ ਤਾਂ ਪਊਗਾ ਪੈਸੇ ਵੀ ਆਉਣ ਕਿਸੇ ਪਾਸੋਂ ਫੇਰ ਹੀ ਵਜਾਵਾਂਗੇ ਢੋਲ ਵੀ ਆਪਦੇ ਵਾਲਾ ਨਾ ਪਾੜ ਦੀਏ ਪਹਿਲਾਂ ਵਾਲਾ ਇੱਧਰ ਇੱਧਰ ਨੂੰ ਜਾਂਦਾ ਜੀ ਆਹ ਜਾਂਦੇ ਸੀਗੇ ਖੇਤ ਬੈਠਾਂ ਕਿਸੇ ਕੋਲ ਜਾ ਕੇ ਲੰਘ ਜਾ ਫਿਰ ਯਾਰ ਇੱਕ ਤਾਂ ਜਮਾ ਲੱਡੂ ਕੰਮ ਆ
ਚਲੋ ਆਪਾਂ ਕਾਹਨੂੰ ਮਿਲ ਤੂੰ ਆ। ਸਰਾਬੀ ਬੰਦਾ ਆਖਦਾ ਉੱਠ ਰੋਜ਼ ਸਵੇਰੇ, ਵਾਦੇ ਜਾਨ ਬਲੱਡ ਦੇ ਹੁਣ ਚੱਕਰ ਮੇਰੇ ਚੱਕਰ ਮੇਰੇ। ਉਹ ਫਿਰ ਵੀ ਚੋਰੀ ਸ਼ਾਮ ਨੂੰ ਪਊਆ ਮੰਗਵਾਵੇ, ਅੱਕਦੇ ਬੰਦੇ ਦੀ ਮਾਣ ਕਾਦਤ ਨਾ ਜਾਵੇ। ਸਰਪੰਚਾ ਮੈਂ ਮਾਰ ਲਿਆ ਗੇੜਾ ਅੱਜ। ਕਿਵੇਂ ਸੁਣੀ? ਹੋਰ ਵਧੀਆ ਵਧੀਆ ਸੈੱਟ ਆ। ਬੜੇ ਦਰਸ਼ਨ ਦਿੱਤੇ ਅੱਜ ਮੁੜ ਕੇ ਸਰਪੰਚੀ ਤੋਂ ਬਾਅਦ, ਦਿਸ਼ੇ ਹੀ ਨਹੀਂ। ਕਾਹਦਾ ਯਾਰ, ਅੱਜ ਵੀ ਮੈਂ ਤਾਂ ਦੁਖੀ ਹੋਇਆ ਵਾ ਆਇਆ ਤੇਰੇ ਕੋਲ। ਕੀ ਹੋ ਗਿਆ? ਚੱਲ ਤੇਰੇ ਕੋਲ ਦਿਲ ਹੌਲਾ ਕਰ ਲਈਏ ਜਾ ਕੇ। ਆਪਾਂ ਪਤੰਦਰਾ ਤੂੰ ਸਰਪੰਚੀ ਆ, ਹੱਥ 'ਚ ਹੁਣ ਤਾਂ ਖੁਸ਼ ਰਹਿਣਾ ਚਾਹੀਦਾ। ਉਹ ਕਾਹਨੂੰ ਯਾਰ, ਲੋਕਾਂ ਨੇ ਦੁਖੀ ਕੀਤਾ ਵੇ। ਕੀ ਗੱਲ? ਕੋਈ ਆ ਜਾਂਦਾ ਕਹਿਣ ਦਾ 3100 ਦੇ, ਕੋਈ ਕਹਿੰਦਾ 1100 ਦੇ, ਕੋਈ ਕਾਸੇ ਦੀ ਪਰਚੀ, ਕੋਈ ਕਾਸੇ ਦੀ ਪਰਚੀ। ਮੇਰਾ ਤਾਂ ਨਾ ਜਿਉਣਾ ਦੁੱਬਰ ਕਰਤਾ, ਘਰੇ ਚਾਹ ਬਣਾਉਣ ਨੂੰ ਦੁੱਧ ਵੀ ਨਹੀਂ ਹੁੰਦਾ ਹੁਣ ਤਾਂ ਯਾਰ। ਅੱਛਾ, ਇੰਨੇ ਲੋਕ ਆਉਣ ਲੱਗ ਗਏ ਜਿਹੜੇ ਸੀਗੇ, ਹੁਣ ਲੋਕ ਪੀਤਾ ਪਿਆ। ਅੱਜ ਘਰ ਵਾਲੀ ਨਾਲ ਲੜਾਈ ਹੋ ਗਈ ਯਾਰ। ਕੀ ਗੱਲ ਹੋ ਗਈ? ਚਾਹ ਨਹੀਂ ਬਣਾਈ, ਉੱਧਰ ਕਮੇਟੀ ਦਾ ਪ੍ਰਧਾਨ ਆਇਆ ਵਾ ਸੀਗਾ ਯਾਰ, ਟੂਰਨਾਮੈਂਟ ਵਾਲੀ ਦਾ। ਅੱਛਾ, ਹੋਰ ਯਾਰ ਉਹ ਕੁੱਟਣੀ ਪੈ ਗਈ ਮੈਨੂੰ ਅੱਜ। ਅੱਛਾ, ਸਾਲੀ ਨੇ ਬੇਇੱਜ਼ਤੀ ਕਰਤੀ ਸਾਰਿਆਂ ਦੇ ਸਾਹਮਣੇ ਯਾਰ। ਐਂ ਤਾਂ ਹੋਈ ਜਾਂਦਾ, ਹੋਰ ਫਿਰ ਵਧੀਆ ਰਹਿਣਾ। ਸੈੱਟ ਆ ਤੇਰੇ ਕੋਲ, ਸੈੱਟ ਹੋਣਾ ਹੁਣ ਤਾਂ ਮੈਂ ਤਾਂ ਮੇਰੇ ਕੋਲ ਕਰਦੇ ਮੂੰਹ ਕੌੜਾ ਕੌੜਾ ਤੇਰਾ ਕਰਾ ਦਿੰਦੇ ਹਾਂ। ਅੱਗੇ ਤਾਂ ਪੀਂਦਾ ਪੂੰਦਾ ਕਿਤੇ ਸ਼ਨੀ ਨਹੀਂ ਤੂੰ। ਤੂੰ ਯਾਰ ਹੁਣ ਅੱਜ ਮੈਂ ਦੁਬੀ ਹੋਇਆ ਵਾ ਪੀਣਾ। ਅੱਛਾ, ਪਹਿਲਾਂ ਦੱਸ ਦਿੰਦਾ ਖਾਣ ਖੂਨ ਨੂੰ ਮੰਗਾ ਲੈਂਦੇ ਕੋਈ ਫੋਨ। ਚੱਲ ਸਾਧਾ ਨੂੰ ਸਵਾਦਾਂ ਦਾ ਕੀ ਆ ਯਾਰ, ਤੂੰ ਮੈਨੂੰ ਪੈ ਅੱਗੇ ਲਵਾ ਦੇ। ਹਜੇ ਤਾਂ ਮੂਲੀਆਂ ਮਾਲੀਆਂ ਵੀ ਨਹੀਂ ਹੋਈਆਂ। ਉਹ ਕੁਛ ਨਹੀਂ ਹੁੰਦਾ, ਮੂਲੀਆਂ ਨੂੰ ਕੀ ਹੁੰਦਾ ਯਾਰ। ਤੂੰ ਅੱਜ ਮੈਂ ਤਾਂ ਤੇਰੇ ਕੋਲ ਦਿਲ ਹੌਲਾ ਕਰਨਾ ਹੈ ਪਤੰਦਰਾ। ਆਹ ਦੇਖੀ ਤੂੰ ਦਿਲ ਕੀ, ਮੈਂ ਸਾਰਾ ਕੁਛ ਹੀ ਹੌਲਾ ਕਰ ਦੂ ਤੇਰਾ। ਅੱਛਾ, ਤੂੰ ਨਹੀਂ ਪੀਣੀ ਇੱਕ ਗਲਾਸ? ਮੈਂ ਤਾਂ ਹਜੇ ਹੁਣੀ ਲਾ ਕੇ ਆਇਆ। ਸਮਾਨ ਪਾ ਕੇ ਬਣਾਈ ਗਿਆ ਪੂਰਾ ਵਧੀਆ ਯਾਰ। ਕਾਲ ਦੇ ਚੀਰ ਦੀ ਜਾਂਦੀ ਆ, ਉਹ ਬੜੀ ਘੈਂਟ ਚੀਜ਼ ਆ। ਮੈਨੂੰ ਵੀ ਕੱਢਦੀ ਇੱਕ ਅੱਧੀ ਬੋਤਲ ਯਾਰ।
ਰਹਿਣਾ ਲੈ ਗਈ ਰਿਸ਼ਤੇ ਰਿਸ਼ਤੇਦਾਰ ਆਇਆ ਹੁੰਦਾ ਕਈ ਵੀਰ ਦਰ ਦਾਂਗੇ ਪਾਂਕੜਾ ਵੇਚਣੀ ਆ ਆਪਦੇ ਖਾਣ ਨੂੰ ਬਣਾਉਣੇ ਆ ਵਧੀਆ ਬਣਾਈ ਦੀ ਆ ਕਿਹਦਾ ਆ ਗਿਆ ਹੈਲੋ ਪਿੰਡ ਚ ਕਾਹਦਾ ਜੀ ਬਸ ਲੋਕਾਂ ਨੇ ਦੁਖੀ ਕੀਤੇ ਪਏ ਆ ਤਾਂਹੀਓ ਇੱਧਰ ਨੂੰ ਮੂੰਹ ਹੀ ਨਹੀਂ ਹੋਇਆ ਮੈਂ ਤਾਂ ਆਪ ਕਹਿੰਦਾ ਗਾ ਆਪਾਂ ਦੋਨੇ ਜਿਹੜੇ ਸਾਂਢਾ ਗਾੜਾ ਕਰ ਲਿਆ ਕਰਾਂਗੇ ਲੋਕਾਂ ਦਾ ਉਹ ਕਰਕੇ ਆਪ ਹੀ ਫੜਾ ਕੇ ਆਪ ਹੀ ਚੜਾ ਕੇ ਮੈਂ ਤਾਂ ਆਪ ਤੁਹਾਡੇ ਬੰਨੀ ਆਉਣ ਨੂੰ ਫਿਰਦਾ ਕੋਈ ਗੱਲ ਨਹੀਂ ਆਪਾਂ ਕਰਾਂਗੇ ਜ਼ਰੂਰ ਤੁਸੀਂ ਹੁਕਮ ਕਰੋ ਨਹੀਂ 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 ਤੁਹਾਡਾ ਹੁਕਮ ਸਿਰ ਮੱਥੇ ਮਹਾਰਾਜ ਠੀਕ ਹੈ ਜੀ ਠੀਕ ਆ ਓਕੇ ਓਕੇ ਜੀ ਓਕੇ ਲੈਕ ਵਿਗਾਰ ਹੋਰ ਆ ਗਈ ਯਾਰ ਕੀ ਹੋ ਗਿਆ ਐਸ ਐਚ ਓ ਦਾ ਫੋਨ ਆਇਆ ਸੀਗਾ ਅੱਛਾ ਥਾਣੇ ਥਾਣੇ ਚੋਂ ਅੱਛਾ ਦੱਸੋ ਹੁਣ ਕੀ ਕਰਾਂ ਉਹਦਾ ਮੈਂ ਕੀ ਕਹਿੰਦੇ ਬਸ 5100 ਦੀ ਪਰਚੀ ਕੱਟਣਗੇ ਹੁਣ ਸਿੱਧੀ ਅੱਛਾ ਜੀ ਹਾਂ ਉਦੋਂ ਘੱਟ ਖੇਡਾ ਨਹੀਂ ਛੱਡਦੇ ਅੱਛਾ ਚੱਲ ਕੋਈ ਗੱਲ ਨਹੀਂ ਦੇਖਦੇ ਹਾਂ ਫਸੀ ਤਾਂ ਨਿਬੇੜ ਨਹੀਂ ਪਾਦਾ ਪੱਗ ਮੈਂ ਪਾਇਆ ਪਾਦਾ ਨਹੀਂ ਮੈਂਬਰਾ ਗੱਲ ਸੁਣ ਲਾ ਇੰਨੀਆਂ ਜ਼ਿੰਮੇਵਾਰੀਆਂ ਹੁਣ ਮੈਂ ਨਿਭਾਤੀਆਂ ਇੱਕ ਜ਼ਿੰਮੇਵਾਰੀ ਤੈਨੂੰ ਦਿੰਦਾ ਠੀਕ ਹੈ ਸਰਪੰਚ ਹੁਣ ਕੱਲਾ ਚਾਰੇ ਪਾਸੇ ਕਿੱਥੋਂ ਜਾਵੇ ਆਹ ਛੱਪੜ ਦੀ ਸਫਾਈ ਤੂੰ ਕਰਾਉਣੀ ਹੈ ਆਪਾਂ ਵੀ ਆਮਦਨ ਦਾ ਕੋਈ ਹੀਲਾ ਕਰੀਏ ਸਫਾਈ ਕਰਾ ਕੇ ਅਤੇ ਮੱਸੀਆਂ ਮੁੱਸੀਆਂ ਛੁਡਾਵਾਂਗੇ ਜਿਹੜਾ 25-30,000 ਆਊਗਾ ਉਹੀ ਸਹੀ ਹੋਰ ਗੰਦ ਵੀ ਪਿੰਡ 'ਤੇ ਕੁਰਸੀਆਂ ਧਰਾ ਦਾਂਗੇ ਯਾਰ 700 ਤੋਂ ਬਣਾ ਦਾਂਗੇ ਵਧੀਆ ਕੋਈ ਨਾ ਕੋਈ ਚੀਜ਼ ਪਿੰਡ ਵਾਲੇ ਵੀ ਗਾਲਾਂ ਕੱਢਦੇ ਆਪਾਂ ਹੋਰ ਕਿਵੇਂ ਹੋ ਵਧੀਆ ਕਿਵੇਂ ਕਿਹੜਾ ਮਾਰਿਆ ਆਹੋ ਖੜਨਾ ਹੀ ਆ ਕੋਈ ਕੰਮ ਧੰਦਾ ਨਾ ਕਰਾਇਓ ਸਰਪੰਚ ਨਾਲ ਛੱਪੜ ਦੀ ਵਾਰੀ ਆਉਣੀ ਸੀਗੀ ਇੰਨੀਆਂ ਪੰਚਾਇਤਾਂ ਆ ਗਈਆਂ ਕਿਸੇ ਨੇ ਕਰਾਇਆ ਕੰਮ ਕੋਈ ਫੇਰ ਕੀ ਹੁੰਦਾ ਯਾਰ ਜੇ ਮੈਂ ਦੇਖਾਂਗੇ ਤੁਹਾਨੂੰ ਕੋਈ ਕੋਈ
ਬਹੁਤ ਦੁਖੀ ਕਰ ਦਿੱਤਾ। ਦਾਰੂ ਫੜੀ ਗਈ, ਮੇਰਾ ਵੀ ਕੋਈ ਕਰੋ ਹੱਲ। ਸਰਪੰਚ ਨੀ ਦੁਕਾ ਦੋ ਇੱਕ ਵਾਰੀ, ਸਾਰਾ ਪਿੰਡ ਇਕੱਠਾ ਹੋਜੂ ਇੱਥੇ। ਇੱਧਰ ਕੀ ਦੇਖਿਆ ਤੂੰ? ਮਾਰੇ ਗਏ ਸੀਗੇ, ਪੁੱਛ ਨਾ। ਦੱਸ ਤਾਂ ਦੇ, ਗੱਲ ਦੱਸ ਦੇ, ਤੈਨੂੰ ਕੀ ਹੋ ਗਿਆ? ਸਰਪੰਚ ਬਣਾਤਾ ਸੀਗਾ ਉਹ ਸੁਪਨੇ ਸੁਪਨੇ ਚ ਲੋਕਾਂ ਨੇ, ਓਏ ਲਾ ਲੈ ਲੈ ਸੀ ਪੰਗਾ ਪਤਾ ਐਵੇਂ। ਤਲਾਇਆ ਉੱਥੇ, ਦੱਸ ਮੈਨੂੰ ਗੱਲ ਕੀ ਹੋ ਗਈ? ਕੁਛ ਨੀ, ਉਹ ਮਾਰੇ ਗਏ ਸੀਗੇ। ਉਹ ਚੱਲ ਕੋਈ ਨੀ ਬਾਈ, ਉਹ ਤਾਂ ਸੁਪਨੇ ਚ ਨਾ ਦਬਾ ਦਬੂ ਆ ਜਾਂਦਾ, ਹੋਰ ਨੀ ਕੁਛ ਹੁੰਦਾ। ਉਹ ਦਬਾ ਨੀ ਯਾਰ, ਸਾਰੀ ਦੇੜੀ ਦਾ ਸਰਪੰਚ ਦੀ ਗੱਲ ਕਰੀ। ਪਾਣੀ ਪੀ ਯਾਰ, ਮੈਂ ਪਾਣੀ ਮੰਗਣਾ। ਉਹ ਪੀਤੂ, ਆ ਪਾਣੀ ਦਾ ਗਲਾਸ ਲੈ ਆਈ। ਕੋਈ ਨੀ ਯਾਰ, ਉਹ ਕੱਲ ਨਾ ਪਰੋਟੇ ਦੇ ਸਰਪੰਚ ਦੀਆਂ ਗੱਲਾਂ ਕਰੀਆਂ ਨੇ। ਅੱਛਾ, ਕੋਈ ਸਾਲੀ ਦਿਮਾਗ ਤੇ ਰੀਲ ਚੜ ਗਈ, ਉਸ ਵਾਲੇ ਉਹੀ ਘੁੰਮੀ ਗਈ ਫਿਰ। ਉਹ ਕੋਈ ਨੀ ਬਾਈ, ਤੈਨੂੰ ਮੈਂ ਕਿੰਨੇ ਵਾਰ ਦਾ ਕਿਹਾ ਯਾਰ, ਵੀ ਆ ਜੇ ਉੱਥੇ ਨਾ ਬੈਠਿਆ ਕਰ ਸੱਤਾਂ ਸੁੱਤਾਂ 'ਚ। ਕੋਈ ਨੀ, ਪਾਣੀ ਪੀ ਲਾ। ਤੂੰ ਕਿਹੜਾ ਗੱਲ ਮੰਨਦਾ ਮੇਰੀ? ਤੈਨੂੰ ਕਿੰਨੇ ਵਾਰ ਦਾ ਕਿਹਾ, ਤੂੰ ਆਪਦਾ ਘਰ ਦਾ ਕੰਮ ਹੀ ਕਰ ਲਿਆ ਕਰ, ਉਹੀ ਬਹੁਤ ਆ। ਮੈਂ ਤਾਂ ਦੇਖ ਲਿਆ, ਸਰਪੰਚੀ ਸਰਪੰਚੀ 'ਚ ਕੋਈ ਫਾਇਦਾ ਨਹੀਂ। ਕੋਈ ਫਾਇਦਾ ਨਹੀਂ ਬਾਈ, ਕੋਈ ਫਾਇਦਾ ਨਹੀਂ। ਬਾਜੇ ਬੰਦੇ ਦੀ ਗੱਲ ਨਹੀਂ, ਜੁੱਲੀਆਂ ਪੈ ਕੇ ਜਾਂਦੀਆਂ ਬੰਦੇ ਦੀ। ਪਿਛਲੀ ਸਰਪੰਚੀ ਦੇਖੀ ਜਾਈ ਗਿਆ ਤਾਂ, ਆਪਾਂ ਕਿਹੜਾ ਨਹੀਂ ਦੇਖੀ? ਹੁਣ ਸਾਡੇ ਭਰਾ ਇਹੋ ਜਿਹੇ ਕੰਮਾਂ 'ਚ ਨਹੀਂ ਪਈਦਾ ਹੁੰਦਾ। ਚੱਲ ਚੰਗਾ ਬਾਈ, ਮੈਂ ਫਿਰ ਸਾਈਕਲ 'ਤੇ ਪੈਂਚਰ ਜਲ ਵਾਹ ਲਿਆ ਮਾਂ ਯਾਰ। ਚੱਲ ਯਾਰ, ਤੂੰ ਵੀ ਰੇੜਾ ਲੈ ਕੇ ਚੱਲ ਜਾਏਗਾ ਖੇਤ। ਚੰਗਾ।